ਮੈਂ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਦਾ ਵਲੌਗ ਆਪਾਂ ਪਹਿਲਾਂ ਤਾਂ ਜਾ ਕੇ ਆਪਣਾ ਕੱਢਣਾ ਬਾਹਰ ਲੈ ਕੇ ਤਾਂ ਸਕੂਟਰ ਉਹਨੂੰ ਧੋਨੇ ਹਾਂ ਅਤੇ ਉਹਨੂੰ ਥੋੜ੍ਹਾ ਜਿਹਾ ਚੱਲਦਾ ਕਰਦੇ ਹਾਂ। ਤੁਹਾਡੇ ਬਹੁਤ ਕਮੈਂਟ ਆ ਰਹੇ ਸੀਗੇ ਨਾ ਸਕੂਟਰ ਨੂੰ ਚਲਾਓ, ਸਕੂਟਰ 'ਤੇ ਵਲੌਗ ਲੈ ਕੇ ਆਓ, ਅਤੇ ਫਾਈਨਲੀ ਅੱਜ ਆਪਾਂ ਸਕੂਟਰ 'ਤੇ ਵਲੌਗ ਲੈ ਕੇ ਆਏ ਹਾਂਗੇ। ਉਮੀਦ ਆ ਵੀ ਤੁਸੀਂ ਪਿਆਰ ਦੇਵੋਗੇ, ਅਤੇ ਚਲੋ ਫਿਰ ਕਰਦੇ ਹਾਂ ਜਾ ਕੇ ਸਕੂਟਰ ਅਤੇ ਦਿਖਾਉਂਦੇ ਹਾਂ ਤੁਹਾਨੂੰ। ਲਓ ਵੀ ਮਿੱਤਰੋ, ਆਪਾਂ ਬਾਹਰ ਲੈ ਕੇ ਆ ਗਏ ਸੀਗੇ ਅਤੇ ਫਾਈਨਲੀ ਅੱਜ ਸਕੂਟਰ ਕੱਢਣ ਲੱਗੇ ਹਾਂਗੇ। ਹੁਣ ਦੇਖੋ ਤੁਸੀਂ ਸਕੂਟਰ ਕਿੱਥੇ ਲਾਇਆ ਪਿਆ ਗਾ। ਲੈ ਵੀ ਪ੍ਰਧਾਨ ਕੀ ਬਣਾਇਆ ਪਿਆ ਦਾ, ਮਿੱਟੀ ਦੇਖੋ ਤੁਸੀਂ ਕਿੰਨੀ ਕਿੰਨੀ ਚੜ੍ਹੀ ਪਈ ਇਹਦੇ 'ਤੇ। ਇਹਦਾ ਤਾਂ ਮਗਰਾੜ ਖੋਲਿਆ ਹੋਇਆ, ਇੱਕ ਮਗਰਾੜ ਵੱਢ ਕੇ ਸਿੱਟਿਆ ਹੋਇਆ ਗਾ, ਉਹ ਹੈ ਨਹੀਂ, ਉਹ ਵੀ ਆਪਾਂ ਨੂੰ ਕਬਾੜ 'ਚੋਂ ਲੈਣਾ ਪਊਗਾ। ਅਤੇ ਫਿਰ ਇੱਕ ਇਹਦੀ ਹੋ ਗਈ ਢੋਲਕੀ, ਢੋਲਕੀ ਤਾਂ ਉਹੀ ਠੀਕ ਆ ਨਾ, ਇਹਦੀ ਆਵਾਜ਼ ਬਾਹਲੀ ਖਤਰਨਾਕ ਆ, ਉਹ ਵੀ ਤੁਹਾਨੂੰ ਸੁਣਾਵਾਂਗੇ, ਬਾਹਲੀ ਖਤਰਨਾਕ ਆਵਾਜ਼ ਆ ਇਹਦੀ। ਅਤੇ ਇੱਕ ਇਹਦਾ ਪਿਛਲਾ ਟਾਪਾ ਨਹੀਂ ਹੈਗਾ ਲਾਈਟ ਵਾਲਾ, ਉਹ ਵੀ ਲੈ ਕੇ ਆਉਣਾ ਪੈਣਾ ਗਾ। ਖਾਸਾ ਸਮਾਨ ਮਤਲਬ ਵੀ ਲੱਗ ਜਾਣਗੇ, ਅਤੇ 1000-2000 ਲੱਗੂ ਹੈ ਨਾ ਇਹ 'ਚ, ਇੰਨੇ ਕੁ 'ਚ ਠੀਕ ਹੋ ਜੂ, ਜਾਣੀ ਚੱਲਣ ਲਾਇਕ ਹੋ ਜੂਗਾ। ਦੇਖੋ ਪ੍ਰਧਾਨ ਸਕੂਟਰ ਕੱਢਣ ਲੱਗੇ ਹਾਂਗੇ, ਹਾਲਤ ਇਹਦੀ ਬਹੁਤ ਹੀ ਖਰਾਬ ਹੈ। ਅਤੇ ਆਹ ਕਿੱਥੇ ਫਸਾ ਲਿਆ, ਚੱਕ ਕੇ ਨਾ ਧਰ ਦਈਏ, ਆ ਜਾ ਖਿੱਚ ਲਿਆ ਹੁਣ ਕਿਰਾ। ਇੱਕ ਮੈਨੂੰ ਲੱਗਦਾ ਸੀ ਤੇਲ ਵੀ ਨਹੀਂ ਹੋਣਾ ਹੈ ਨਾ, ਦੇਖੀਏ ਲਾ ਕੇ ਤੇਲ ਹੈਗਾ ਮਾੜਾ, ਹੈ ਨਹੀਂ, ਉੱਡ ਗਿਆ ਜਿੰਨਾ ਪਿਆ ਸੀਗਾ ਵਿੱਚ, ਹੋਰ ਖਿੱਚਾਂ ਜੇ, ਇਹ ਚੱਕ ਚੱਕ ਪ੍ਰਧਾਨ, ਆ ਜਾ ਲਿਆ ਇਹਨੂੰ। ਲਓ ਵੀ ਮਿੱਤਰੋ, ਅੱਜ ਕਰਦੇ ਹਾਂ ਫਿਰ ਸਕੂਟਰ 'ਤੇ ਕਾਰਵਾਈ, ਇਹ ਚੱਲਦਾ ਹੋ ਜਾਵੇ ਵਧੀਆ ਬਣ ਜੂ। ਅਸੀਂ ਤਾਂ ਮਗਰਿਆੜ ਲਿਆ ਕੇ ਕੱਸ ਦਈਏ, ਇਹ ਪਤਾ ਨਹੀਂ ਮੇਰੇ ਕੀ ਦਿਮਾਗ 'ਚ ਆਇਆ ਸੀਗਾ, ਮੈਂ ਕਿਉਂ ਵਧਾਤਾ ਹੁਣ ਮੇਰੇ ਯਾਦ ਨਹੀਂਗਾ। ਆਹੋ ਹਾਂ ਸੱਚ, ਉਦੋਂ ਨਾ ਪਤਾ ਨਹੀਂ ਇਹਦੇ ਮੈਂ ਟਾਇਰ 4 ਪਾਉਣੇ ਸੀਗੇ ਮੂਹਰੇ, ਉੱਥੇ ਸਮਾਨ ਪਿਆ ਗਿਆ, 2-3 ਟਾਇਰ ਹੋਰ ਲਿਆ ਕੇ ਰੱਖੇ ਹੋਏ ਸੀਗੇ ਮੇਰੇ, ਵੀ ਕਿਸੇ ਕੁਸੇ ਹੈ ਨਹੀਂ ਗਾ, ਇੱਧਰ ਲਿਆ ਕੇ ਖੜਾਤਾ। ਹੁਣ ਜਿੰਦਾ ਲਾ ਦਈਏ ਅਤੇ ਸਕੂਟਰ ਲੈ ਚੱਲਿਆ ਆਪਾਂ, ਉੱਧਰਲੇ ਘਰ ਲਿਜਾ ਕੇ ਇਹਨੂੰ ਕਰਦੇ ਹਾਂ ਫਿਰ ਇਹਦਾ ਕੰਮ ਜਿਹਾ। ਬੱਚੇ ਨੇ ਸਕੂਟਰ ਬਾਹਰ ਹੀ ਲਾ ਲਿਆ, ਕਹਿੰਦਾ ਇੱਥੇ ਬਾਹਰ ਹੀ ਧੋਵਾਂਗੇ ਵੀ ਅੰਦਰ ਤਾਂ ਗਾਰਾ ਵਾਲਾ ਹੋ ਜੂਗਾ, ਅਤੇ ਉੱਥੇ ਹੀ ਧੋਨੇ ਆ। ਲਓ ਜੀ ਮਿੱਤਰੋ, ਲਾ ਲਿਆ ਆਪਾਂ ਸਟੈਂਡ 'ਤੇ, ਅਤੇ ਇਹਦਾ ਇੱਕ ਸਾਈਡ ਸਟੈਂਡ ਵੀ ਨਹੀਂ ਹੈਗਾ ਨਾ, ਆਹ ਥੱਲੇ ਵਾਲਾ ਸਟੈਂਡ ਹੀ ਆ। ਇਹ ਮਿੱਟੀ ਦੇਖੋ ਤੁਸੀਂ, ਲੈ ਵੀ ਲਿਆ ਚਾਚਾ, ਫਿਰ ਕੁਛ ਧੋਈਏ ਇਹਨੂੰ, ਬਣਾਈਏ ਪਹਿਲਾਂ ਇੱਕ ਵਾਰ ਸਟਾਰਟ ਨਾ ਕਰਕੇ ਦੇਖ ਲਈਏ, ਧੋਤੇ 'ਤੇ ਫਿਰ ਸਟਾਰਟ ਨਹੀਂ ਹੋਣਾ ਹੈ ਨਾ। ਖੋਲ ਇਹਦਾ ਟਾਪਾ ਜਿਹਾ ਅੱਧਲੇ ਪਾਸਿਓਂ, ਲਓ ਜੀ ਟਾਪਾ ਤਾਂ ਖੋਲ ਲਿਆ ਆਪਾਂ, ਅਤੇ ਹੁਣ ਸਟਾਰਟ ਕਰਕੇ ਦੇਖਦੇ ਹਾਂ। ਕੋਲ ਥੋੜ੍ਹਾ ਜਿਹਾ ਪੈਟਰੋਲ ਪਿਆ ਸੀ, ਇਹ ਪਾ ਲੈਂਦੇ ਹਾਂ, ਪੈਟਰੋਲ ਇਹ ਹੋਰ ਦੇਖ ਲਾ ਕੁਛ ਹੋਰ ਨਾ ਪਾ ਦੀ, ਚਲੋ ਜੀ ਤੇਲ ਪਾਉਣ ਲੱਗੇ ਹਾਂਗੇ ਹੁਣ। ਡੋਹ ਲੈ ਲਈ ਚਾਚਾ, ਪੈਟਰੋਲ ਤੈਨੂੰ ਪਤਾ ਹੀ ਆ ਮਹਿੰਗਾ ਕਿੰਨਾ, ਅਤੇ ਚਾਚਾ ਹੁਣ ਹੈ ਦੇਖ ਲਾ ਚਾਹੇ ਟੀਪ ਹੈਗੀ, ਅਤੇ ਹੁਣ ਇਹ 'ਚ ਪੈਟਰੋਲ ਪਾਉਂਦੇ ਹਾਂ ਅਤੇ ਕਰਦੇ ਹਾਂ ਇਹਨੂੰ ਸਟਾਰਟ। ਅਤੇ ਪਹਿਲਾਂ ਅਸੀਂ ਕਿਹਾ ਵੀ ਧੋਣ ਤੋਂ ਪਹਿਲਾਂ ਇੱਕ ਵਾਰੀ ਸਟਾਰਟ ਕਰ ਲਈਏ, ਕਿਉਂਕਿ ਫਿਰ ਧੋਤੇ ਅਤੇ ਬਾਅਦ 'ਚ ਸਟਾਰਟ ਨਹੀਂ ਹੋਣਾ ਹੈਗਾ, ਇੱਕ ਇਹਦਾ ਕਾਰਬੋਰੇਟਰ ਵੀ ਸਾਫ਼ ਕਰਨਾ ਪਊਗਾ ਖੋਲ੍ਹ ਕੇ। ਇੱਕ ਮੈਨੂੰ ਯਾਰ ਉਹ ਕਮੈਂਟ ਕਰਕੇ ਦੱਸਿਓ ਵੀ ਹੈ ਨਾ, ਇਹਦੇ ਆਪਾਂ ਜੇ ਬੈਟਰੀ ਧਰਨੀ ਹੋਈ ਤਾਂ ਕਨੈਕਸ਼ਨ ਕਿੱਥੋਂ ਦਿੱਤੇ ਜਾਂਦੇ ਨੇਗੇ। ਤੇਲ ਵੀ ਪੈ ਗਿਆ ਆਪਣਾ, ਕਾਫੀ ਸਾਰਾ ਪਾ ਲਿਆ ਅਤੇ ਹੁਣ ਢੱਕਣ ਲਾ ਦਿੰਦੇ। ਇੱਕ ਚੀਜ਼ ਤਾਂ ਮੈਨੂੰ ਇਹਦੀ ਪਤਾ ਵੀ ਇਹਦੀ ਆਵਾਜ਼ ਬਾਹਲੀ ਖਤਰਨਾਕ ਆ। ਇੱਕ ਤੁਹਾਨੂੰ ਚੀਜ਼ ਦਿਖਾਉਣਾ ਗਾ, ਇੱਧਰ ਦੇਖੋ, ਤੁਹਾਨੂੰ ਇੱਕ ਚੀਜ਼ ਦਿਖਾਉਣਾ, ਆਹ ਚੀਜ਼ ਦੇਖੋ ਤੁਸੀਂ, ਇਹ ਕੀ ਤਿਆਰ ਕਰਿਆ ਹੋਇਆ ਗਾ, ਬਾਹਲੀ ਖਤਰਨਾਕ ਆਵਾਜ਼ ਆ ਇਹਦੀ। ਹਾਂ ਹਾਂ ਚਲੋ ਹੁਣ ਇਹਨੂੰ ਆਪਾਂ ਸਟਾਰਟ ਕਰਦੇ ਹਾਂ ਵੀ, ਅਤੇ ਟੇਢਾ ਕਰ ਲਈਏ ਪਹਿਲਾਂ। ਸਟਾਰਟ ਤਾਂ ਹੋਇਆ ਨਹੀਂ ਸਕੂਟਰ, ਅਤੇ ਹੁਣ ਆਪਾਂ ਮਿਸਤਰੀ ਨੂੰ ਦੇਖ ਕੇ ਆਉਂਦੇ ਹਾਂ, ਮਿਸਤਰੀ ਹੈਗਾ ਗਾ ਫਿਰ ਉੱਥੇ ਲੈ ਕੇ ਚੱਲਦੇ ਹਾਂ, ਅਤੇ ਉਹ ਚਾਚਾ ਉਹਨਾਂ ਚਿਰ ਧੋਂਦਾ ਗਾ ਸਕੂਟਰ ਨੂੰ। ਚਲੋ ਫਿਰ ਆਪਾਂ ਹੁਣ ਮਿਸਤਰੀ ਕੋਲ ਜਾ ਕੇ ਆਉਂਦੇ ਹਾਂ। ਤੁਸੀਂ ਧੋਤੇ 'ਤੇ ਕਿੰਨਾ ਘੈਂਟ ਨਿਕਲਿਆ ਆਪਣਾ ਸਕੂਟਰ, ਕਿਉਂ ਬਈ ਇਹਦੇ ਪੇਂਟ ਪਹਿਲਾਂ ਹੀ ਹੋਇਆ ਹੋਇਆ ਗਾ, ਅਤੇ ਜੇ ਮਾੜਾ ਮੋਟਾ ਜਿੱਤੇ ਟੱਚਿੰਗ ਟੂਚਿੰਗ ਕਰਨੀ ਹੋਊਗੀ ਉਹ ਆਪਾਂ ਸਪਰੇਅ ਲਿਆ ਕੇ ਮਾਰ ਦਾਂਗੇ, ਕਿਉਂਕਿ ਇਹ 'ਤੇ ਪਹਿਲਾਂ ਵੀ ਸਪਰੇਅ ਵੱਜੀ ਹੋਈ ਆ। ਦੇਖੋ ਤੁਸੀਂ ਸਿਰਾ ਹੋ ਗਿਆ ਨਾ, ਧੋਤੇ 'ਤੇ ਵਧੀਆ ਬਣ ਗਿਆ। ਇਹਦਾ ਮਗਰਾੜ ਵੀ ਹੁਣ ਲੱਭ ਕੇ ਲਾਵਾਂਗੇ ਕਬਾੜ 'ਚੋਂ, ਅਤੇ ਫਿਰ ਉਹ ਵੀ ਕਸਾਂਗੇ। ਕੋਈ ਮਿੱਤਰੋ ਤੁਸੀਂ ਚੈੱਕ ਕਰੋ, ਬਣ ਗਿਆ ਨਾ ਕਾਲਾ ਘੋੜਾ। ਆਪਾਂ ਮਿਸਤਰੀ ਲੋ ਵਜਾਇਆ ਸੀਗੇ, ਮਿਸਤਰੀ ਕਹਿੰਦਾ ਵੀ ਹੈ ਨਾ ਘੰਟੇ ਕੁ ਨੂੰ ਆਇਓ, ਹਜੇ ਮੈਂ ਥੋੜ੍ਹਾ ਜਿਹਾ ਬਿਜ਼ੀ ਹਾਂ, ਅਤੇ ਘੰਟੇ ਕੁ ਨੂੰ ਚੱਲਾਂਗੇ ਸਕੂਟਰ ਲੈ ਕੇ, ਰੋਡ ਕੀ ਲੈ ਕੇ ਜਾਣਾ ਪਊ ਕਿਉਂਕਿ ਸਟਾਰਟ ਤਾਂ ਹੋਇਆ ਨਹੀਂ। ਲਓ ਜੀ ਹੁਣ ਆਪਾਂ ਆਪਣੇ ਸਕੂਟਰ ਨੂੰ ਅੰਦਰ ਲੈ ਕੇ ਚੱਲਦੇ ਹਾਂ, ਜਿਵੇਂ ਇਹਦੇ 'ਤੇ ਹੁਣ ਕੱਪੜਾ ਫੇਰਾਂਗੇ ਅਤੇ ਥੋੜ੍ਹਾ ਜਿਹਾ ਸਾਫ਼ ਜਿਹਾ ਹੋਜੂ ਵਧੀਆ। ਦੇਖੋ ਤੁਸੀਂ ਸਕੂਟਰ ਆਪਾਂ ਅੰਦਰ ਕਰ ਲਿਆ, ਅਤੇ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਮੈਂ ਜੀ ਇਹਦਾ ਕਾਰਬੋਰੇਟਰ ਖੋਲ੍ਹਣ ਲੱਗਿਆ ਸੀਗਾ, ਆਹ ਦੇਖੋ ਤੁਸੀਂ, ਅਤੇ ਪੱਟ ਕੇ ਆਪਾਂ ਦੇਖਦੇ ਹਾਂ ਇਹਦੀ ਕੰਡੀਸ਼ਨ ਵਿੱਚੋਂ ਕੀ ਆ ਕਾਰਬੋਰੇਟਰ ਦੀ, ਦੋ ਹੀ ਨਟ ਹੁੰਦੇ ਹੈਗੇ, ਆਹ ਇੱਕ ਖੁੱਲ੍ਹ ਗਿਆ
ਜਾਂ ਦੂਜਾ ਵੀ ਖੋਲ ਦਿੰਦੇ ਆਪਾਂ ਜੀ। ਪੇਜ ਤਾਂ ਆਪਣੇ ਖੁੱਲ ਗਏ ਅਤੇ ਹੁਣ ਆਹ ਡੱਬੀ ਖੋਲਦੇ ਹਾਂ। ਲਓ ਜੀ ਆਪਣੀ ਡੱਬੀ ਵੀ ਖੁੱਲ ਗਈ, ਦੇਖੋ ਤੁਸੀਂ ਹਾਲਤ ਤਾਂ ਥੋੜ੍ਹੀ ਜਿਹੀ ਖਰਾਬ ਆ, ਇਹਨੂੰ ਖੋਲ੍ਹ ਕੇ ਨਾ ਵਿੱਚੋਂ ਫਿਰ ਸਾਫ਼ ਕਰਦੇ ਹਾਂ। ਹੁਣ ਜਿਹੜਾ ਇਹਦਾ ਫਿਲਟਰ ਆ ਇਹ ਖੋਲ੍ਹਦੇ ਹਾਂ, ਡਾਂਟਦੇ ਹਾਂ ਕਿ ਦੋ ਖੋਲ੍ਹਦੇ ਇਹਨੂੰ। ਕਾਰਬੋਰੇਟਰ ਤਾਂ ਆਪਾਂ ਇਹਦਾ ਖੋਲ੍ਹ ਲਿਆ, ਆਹ ਜੈੱਟ ਸੀਗੇ ਜਿਹੜੇ ਇਹ ਵੀ ਖੋਲ੍ਹ ਲਏ। ਦੇਖੋ ਤੁਸੀਂ ਜੈੱਟ ਤਾਂ ਸਾਫ਼ ਨੇ ਪੂਰਾ ਵਧੀਆ, ਵਿੱਚੋਂ ਆ ਦੇਖੋ ਤੁਸੀਂ ਕਚਰਾ ਕੁਚਰਾ ਹੈ ਨਹੀਂ। ਕਾਰਬੋਰੇਟਰ ਵਿੱਚ ਥੋੜ੍ਹਾ ਜਿਹਾ ਕਚਰਾ ਪਿਆ ਵਿੱਚ, ਉਹ ਪਤਾ ਨਹੀਂ ਹੁਣ ਉਹ ਮਿਸਤਰੀ ਨੂੰ ਪਤਾ ਹੋਊ ਕਿਵੇਂ ਸਾਫ਼ ਕਰਾਂਗੇ। ਖੋਲ੍ਹਣਾ ਤਾਂ ਮੈਨੂੰ ਪਤਾ ਨਹੀਂ ਕਿਵੇਂ ਖੋਲੂਗਾ ਸਾਰਾ ਤਾਂ, ਅਤੇ ਪੱਟਿਆ ਨਹੀਂ ਕਦੇ ਮੈਂ ਸਾਰਾ ਤਾਂ। ਆਹ ਉਤਲਾ ਟਾਪਾ ਇਹਦਾ ਮੈਂ 25-30 ਵਾਰ ਖੋਲ੍ਹਿਆ ਗਾ ਵੀ ਸਟਾਰਟ ਨਹੀਂ ਹੁੰਦਾ, ਜੱਟ ਜੁੱਟ ਜਿਹੇ ਸਾਫ਼ ਕਰਕੇ ਪਾ ਦਈਦੇ ਹੈਗੇ, ਅਤੇ ਹੁਣ ਦੇਖਦੇ ਹਾਂ ਕਿਵੇਂ ਹੋਊਗਾ ਸਟਾਰਟ। ਅਤੇ ਇਹਦੀ ਆਹ ਤਾਰ ਉਹਦੇ ਵਾਲੀ ਵੀ ਲਾਹੀ ਹੋਈ ਹੈ, ਚੌਕ ਵਾਲੀ, ਚੌਕ ਵਾਲੀ ਤਾਰ ਪਤਾ ਨਹੀਂ ਕਦ ਲਾਹੀ ਹੋਈ ਆ, ਮੈਨੂੰ ਲੱਗਦਾ ਪੱਕੀ ਲੱਗੀ ਰਹਿ ਜਾਂਦੀ ਉਹ ਚੌਕ ਤਾਂ ਕਰਕੇ। ਕਾਰਬੋਰੇਟਰ ਤਾਂ ਆਪਾਂ ਖੋਲ੍ਹਿਆ ਸੀ ਉਹ ਤਾਂ ਸਹੀ ਸੀਗਾ, ਅਤੇ ਹੁਣ ਆਪਾਂ ਇੰਜਨ ਦਾ ਟਾਪਾ ਟੁੱਪਾ ਜਿਹਾ ਪੱਟ ਲਿਆ, ਅਤੇ ਹੁਣ ਇਹਦਾ ਪਲੱਗ ਖੋਲ੍ਹਣ ਲੱਗੇ ਸੀਗੇ। ਦੇਖ ਲਓ ਤੁਸੀਂ ਲਗਭਗ ਖੁੱਲ ਹੀ ਗਿਆ, ਅਤੇ ਤੁਹਾਨੂੰ ਇਹਦੀ ਕੰਡੀਸ਼ਨ ਵੀ ਦਿਖਾਉਂਦੇ ਹਾਂ, ਪਲੱਗ ਕਿਹੋ ਜਿਹਾ ਗਾ ਵਿੱਚੋਂ, ਕਾਲਾ ਤਾਂ ਨਹੀਂ ਹੋਇਆ ਪਿਆ, ਫਿਰ ਇਹਨੂੰ ਸਾਫ਼ ਕਰ ਦਾਂਗੇ। ਤੁਸੀਂ ਆਪ ਹੀ ਦੇਖ ਸਕਦੇ ਹੋ ਪਲੱਗ ਦੀ ਹਾਲਤ ਹੈ ਨਾ ਬਾਈ, ਸਾਫ਼ ਕਰਨ ਨਾਲ ਜਮਾਂ ਹੀ ਕਾਲਾ ਹੋਇਆ ਪਿਆ ਗਾ। ਅਤੇ ਚਲੋ ਹੁਣ ਸਾਫ਼ ਕਰਦੇ ਹਾਂ ਵਿੱਚੋਂ ਇੰਜਣ ਵੀ, ਕੁਛ ਮਤਲਬ ਇਹਦਾ ਕਦੇ ਤੇਲ ਹੀ ਨਹੀਂ ਪਤਾ ਲਿਆ ਕਿ ਵਿੱਚ ਖਰਾਬ ਹੋਇਆ ਪਿਆ ਪੂਰਾ। ਅਤੇ ਹੁਣ ਆਪਾਂ ਪਲੱਗ ਲਾ ਕੇ ਸਟਾਰਟ ਕਰਕੇ ਦੇਖਦੇ ਹਾਂ, ਆਪਾਂ ਸਾਫ਼ ਤਾਂ ਕਰ ਲਿਆ ਤੁਸੀਂ ਦੇਖ ਸਕਦੇ ਹਾਂ, ਅਤੇ ਬਾਕੀ ਹੁਣ ਦੇਖਦੇ ਹਾਂ ਸਟਾਰਟ ਕਰਕੇ ਹੋ ਜੂਗਾ ਸਟਾਰਟ। ਇੱਦੀ ਮਾੜਾ ਜਿਹਾ ਲਾ ਕੇ ਨਾ ਸਟਾਰਟ ਕਰਕੇ ਦੇਖ ਲੈਂਦੇ ਹਾਂ ਆਪਾਂ, ਫਿਰ ਕਰਦੇ ਕਿਹੜਾ ਸਟਾਰਟ। ਹੁਣ ਤੇਲ ਨਹੀਂ ਜਾ ਰਿਹਾ ਮੈਨੂੰ ਲੱਗਦਾ, ਕਰੰਟ ਕਰੰਟ ਤਾਂ ਜਮਾਂ ਛਾਈ ਦਿੰਦਾ ਯਾਰ। ਅਤੇ ਗਾਈਜ਼ ਹੁਣ ਆਪਾਂ ਨਾ ਇਹਦਾ ਮਤਲਬ ਵੀ ਪਹਿਲਾਂ ਤੇਲ ਔਨ 'ਤੇ ਕੀਤਾ ਹੋਇਆ ਸੀਗਾ, ਹੁਣ ਰਿਜ਼ਰਵ 'ਤੇ ਕਰਕੇ ਦੇਖਿਆ, ਹੁਣ ਦੇਖਦੇ ਸਟਾਰਟ ਹੋਊਗਾ ਹੋਊਗਾ ਫਿਰ ਤਾਂ ਬੜਾ ਵਧੀਆ। ਗੇਅਰ ਗੂਰ ਤਾਂ ਪੈਂਦੇ ਕਰਤੇ ਪਰ ਇੰਨੇ ਵਧੀਆ ਨਹੀਂ ਪੈਂਦੇ, ਦੋ ਕੁ ਗੇਅਰ ਹੀ ਪੈਂਦੇ ਆ, ਮਸਾਂ ਪਹਿਲਾ ਪੈਂਦਾ ਜਾਂ ਤੀਆ ਚੌਥਾ ਪੈਂਦਾ, ਬਸ ਇਹੀ ਗੇਅਰ ਪੈਂਦੇ ਆ, ਅਤੇ ਬਾਕੀ ਇਹਦੇ ਗੇਅਰਾਂ ਵਾਲਾ ਕੰਮ ਉਹ ਜਗਾੜ ਨਵਾਂ ਪਊਗਾ ਉਹ ਕਹਿੰਦੇ, ਅਤੇ ਤੇਲ ਚਾਚੇ ਤੁਸੀਂ ਥੋੜ੍ਹਾ ਜਿਹਾ ਪਾਤਾ, ਮੈਂ ਕਿਹਾ ਚੱਲ ਮੈਂ ਗੇੜਾ ਕੱਢ ਕੇ ਆਉਣਾ ਗਾ, ਬਾਕੀ ਤੁਸੀਂ ਦੇਖੋ ਭਜਾ ਕੇ ਦਿਖਾਵਾਂਗੇ ਤੁਹਾਨੂੰ ਬਾਹਲਾ ਭਜਦਾ ਨਾ ਇਹਦੇ 'ਚ, ਉਲਟ ਵਰਗੀ ਆਵਾਜ਼ ਹੈ ਇਹਦੀ। ਨਹੀਂ ਨਾ ਆਹ ਚਾਬੀ ਨਹੀਂ ਕੰਮ ਕਰਦੀ, ਜਦੋਂ ਅਸੀਂ ਇਹਦੀ ਮੂਹਰਲੀ ਨੋਜ਼ ਖੋਲ੍ਹੀ ਤਾਂ ਸਾਨੂੰ ਪਤਾ ਲੱਗਿਆ ਵੀ ਇਹਦੀ ਇੱਕ ਤਾਰ ਹੀ ਟੁੱਟੀ ਹੋਈ ਹੈਗੀ ਉਰੋਂ, ਅਤੇ ਹੁਣ ਕੋਈ ਜਗਾੜ ਲਾ ਕੇ ਇੱਥੇ ਫਿੱਟ ਕਰਦੇ ਹਾਂ ਇੱਥੋਂ ਦੀ ਤਾਰ ਲਪੇਟ ਕੇ, ਅਤੇ ਫਿਰ ਦੇਖਦੇ ਹਾਂ ਵੀ ਚਾਬੀ ਕੰਮ ਕਰਦੀ ਆ। ਅਤੇ ਤੁਸੀਂ ਚੈੱਕ ਕਰ ਸਕਦੇ ਹਾਂ ਆਪਾਂ ਛੋਟਾ ਜਿਹਾ ਜਗਾੜ ਲਾਇਆ ਗਾ, ਅਤੇ ਹੁਣ ਇੱਥੇ ਟੇਪ ਕਰਕੇ ਨਾ ਫਿਰ ਟਾਪਾ ਲਾਉਂਦੇ ਹਾਂ। ਅਤੇ ਚਲੋ ਗਾਈਜ਼ ਹੁਣ ਤੁਹਾਨੂੰ ਆਪਾਂ ਸਕੂਟਰ ਸਟਾਰਟ ਕਰਕੇ ਦਿਖਾਉਂਦੇ ਹਾਂ। ਆਪਾਂ ਚੱਲਦੇ ਹਾਂ ਰਾਈਡ 'ਤੇ, ਅਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਹਾਂ, ਅਤੇ ਹੁਣ ਰਾਈਡ ਦਾ ਨਜ਼ਾਰਾ ਲਓ। ਸਕੂਟਰ 'ਤੇ ਰਾਈਡ ਕਰਕੇ ਹੀ ਆਪਾਂ ਘਰ ਆ ਗਏ ਸੀਗੇ, ਸਕੂਟਰ ਆਪਾਂ ਸਾਈਡ 'ਤੇ ਲਾਤਾ, ਇਹਨੂੰ ਆਪਾਂ ਤਿਆਰ ਕਰਾਂਗੇ। ਹੁਣ ਦੱਸਿਓ ਵੀ ਇਹਤੇ ਆਪਾਂ ਕੀ ਕਰੀਏ, ਮੋਡੀਫਿਕੇਸ਼ਨ ਕੀ ਕਰੀਏ। ਅਤੇ ਆਹ ਦੇਖੋ ਤੁਸੀਂ, ਮਤਲਬ ਵੀ ਟਾਇਰ ਇਹਦੇ ਮੈਂ ਡਬਲ ਕਰਨ ਦੀ ਸੋਚੀ ਸੀਗੀ, ਪਰ ਉਹ ਫਿਰ ਉਹ ਕਰਿਆ ਨਹੀਂ ਸੀਗੇ, ਪਤਾ ਨਹੀਂ ਕੀ ਹੋਇਆ ਸੀਗਾ, ਫਿਰ ਮੈਂ ਐਂ ਛੱਡਤਾ ਸੀਗਾ ਸਕੂਟਰ। ਅਤੇ ਤੁਸੀਂ ਦੇਖ ਸਕਦੇ ਹਾਂ ਢੋਲਕੀ ਯਾਰ ਇਹਦੀ ਆਵਾਜ਼ ਵਾਲੀ ਘੈਂਟ ਆ, ਬੁਲਟ ਵਰਗੀ ਆਵਾਜ਼ ਆ, ਇੱਕ ਪੜਾਕੇ ਮਾਰਦਾ ਹੈ ਨਾ, ਚੱਜੋ ਚਾਬੀ ਕੱਟ ਕੇ ਲਾਉਂਦੇ ਹਾਂ ਉਹ ਪੜਾਕੇ ਮਾਰਦਾ। ਅਤੇ ਇੱਥੇ ਮੈਂ ਥੋੜ੍ਹਾ ਜਿਹਾ ਬਰਨ ਆਊਟ ਕਰਕੇ ਦੇਖਿਆ ਸੀਗਾ ਸਕੂਟਰ ਆਪਣਾ, ਹੁਣ ਸੈੱਟ ਆ ਪੂਰਾ ਵਧੀਆ ਚੱਲਦਾ ਗਾ। ਅਤੇ ਜਿਹੜਾ ਇਹਦਾ ਇੱਕ ਮਗਰਿਆੜ ਰਹਿ ਗਿਆ ਉਹ ਕੱਲ੍ਹ ਨੂੰ ਆਪਾਂ ਕਬਾੜ 'ਚੋਂ ਲੱਭ ਕੇ ਲਿਆ ਕੇ ਕੱਸ ਦਾਂਗੇ, ਚੋਬਰ ਨੂੰ ਬਾਹਰ ਕੱਢਦੇ ਹਾਂ, ਅਤੇ ਜਿਹੜੀ ਇਹਦੀ ਲਾਈਟਿੰਗ ਕਰਨੀ ਸੀ ਮੂਹਰਲੀ ਸਾਈਡ ਉਹ ਕਰ ਦਿਆਂਗੇ। ਦੇਖੋ ਤੁਸੀਂ ਆਹ ਜਿਹੜੀਆਂ ਲਾਈਟਾਂ ਨੇ ਨਾ ਮੈਂ ਚਾਬੀ 'ਤੇ ਕੀਤੀਆਂ ਹੋਈਆਂ ਨਾ, ਦੇਖੋ ਨੀਚੇ ਜਿਹੜੀ ਬਲਿੰਕ ਕਰਦੀਆਂ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਬਲਿੰਕ ਕਰਦੀਆਂ ਵੀ। ਅਤੇ ਬਾਕੀ ਹੁਣ ਆਪਾਂ ਕੀ ਕਰਨਾ ਹੈਗਾ, ਸਟਾਰਟ ਕਰਕੇ ਬਾਹਰ ਕੱਢਦੇ ਹਾਂ ਇਹਨੂੰ, ਅਤੇ ਸਾਫ਼ ਤਾਂ ਕੀਤਾ ਹੀ ਹੋਇਆ ਟਰੈਕਟਰ ਆਪਣਾ ਦੇਖੋ ਤੁਸੀਂ, ਅਤੇ ਬਾਕੀ ਇਹਦਾ ਜਿਹੜੇ ਮੂਹਰਲੀ ਬਲਿਊ ਰਹਿ ਗਈ ਬਲਿੰਕ ਕਰਾਉਣੀ,
ਉਹ ਵੀ ਕਰਾਉਂਦੇ ਹਾਂ ਅਤੇ ਆ ਵਾਈਟ ਵੀ ਅਤੇ ਇੱਥੇ ਵੀ ਬਲਿਊ ਲਾਉਣੀਆਂ ਪੈਣਗੀਆਂ ਮੂਹਰੇ ਵਾਈਟ ਲਾਉਣੀਆਂ ਪੈਣਗੀਆਂ ਉਹ ਵੀ ਹੁਣ ਕਰਦੇ ਹਾਂ ਚਲੋ ਫਿਰ ਮਾਰਦੀ ਕਰਾਂ ਸੈਲਫ ਦੇਖੋ ਤੁਸੀਂ ਦਿਨ 'ਚ ਤਾਂ ਲਾਈਟਿੰਗ ਘੱਟ ਹੀ ਦਿੰਦੀ ਹੈਗੀ ਬਾਕੀ ਦੇਖ ਸਕਦੇ ਹਾਂ ਤੁਸੀਂ ਜਿਹੜੀਆਂ ਅੱਗੇ ਬਲਿਊ ਲੱਗੀਆਂ ਨੇ ਨਾ ਇਹਨਾਂ ਤਾਰ ਪਾ ਕੇ ਪਿੱਛੇ ਤਾਰ ਲੈ ਕੇ ਚੱਲਦੇ ਹਾਂ ਇੱਕ ਅਤੇ ਉੱਥੇ ਕਨੈਕਸ਼ਨ ਕਰਦੇ ਹਾਂ ਇਹਨਾਂ ਦਾ ਅਤੇ ਫਿਰ ਇਹ ਬਲਿੰਕ ਕਰਨਗੀਆਂ ਨਾ ਸਮਾਨ ਲੱਭਦੇ ਸੀਗੇ ਅਤੇ ਦੇਖੋ ਤੁਸੀਂ ਸਾਨੂੰ ਕਿੰਨੀਆਂ ਐਲ ਈ ਡੀਆਂ ਲੱਭ ਗਈਆਂ ਨੀਲੀਆਂ ਹੀ ਘੱਟੋ ਘੱਟ 10-11 ਲੱਭ ਗਈਆਂ ਅਤੇ ਚਿੱਟੀਆਂ 4-5 ਲੱਭ ਗਈਆਂ ਅਤੇ ਇਹ ਹੁਣ ਫੋਰ ਦੇ ਥੱਲੇ ਲਾਵਾਂਗੇ ਪਹਿਲਾਂ ਇਕੱਠੀਆਂ ਹੀ ਕਰ ਲਈ ਆਹ ਤਾਂ ਦੇਖੋ ਆਹ ਤਾਂ ਨਵੀਆਂ ਹੀ ਨੇ ਯਾਰ ਆਹ ਵੀ ਨਵੀਆਂ ਨੇ ਅਤੇ ਆਹ ਵਾਲੀ 3M ਟੇਪ ਮੈਂ ਕਹਿੰਦਾ ਸੀਗਾ ਇਹ ਟੇਪ ਜ਼ਬਰਦਸਤ ਆ ਇਹ ਟੇਪ ਨਾ ਕਦੇ ਲਹੇ ਨਾ ਕਦੇ ਵਸਤ ਆਹ ਟੇਪ ਆ ਜਿਹੜੀ ਹੈ ਨਾ ਇਹ ਲਹਿ ਜਾਂਦੀ ਆ ਇਹਨਾਂ ਨੂੰ ਤਾਂ ਲਾਵਾਂਗੇ ਆਪਾਂ ਥੱਲੇ ਟਰੈਕਟਰ ਦੇ ਅਤੇ ਮਗਰਾਟਾਂ 'ਚ ਮਗਰਾਟਾਂ 'ਚ ਦੋ ਲੱਗਣਗੀਆਂ ਦੋ ਇੱਧਰ ਦੋ ਉੱਧਰ ਅਤੇ ਬਾਕੀ ਜਿਹੜੀਆਂ ਵੱਜਣਗੀਆਂ ਉਹ ਨੀਚੇ ਲਾ ਦਾਂਗੇ ਅੱਜ ਆਪਾਂ ਠਹਿਰ ਕੇ ਲਾਵਾਂਗੇ ਟਾਇਰਾਂ 'ਚ ਹਜੇ ਨਹੀਂ ਲਾਉਂਦੇ ਗਾਈਸ ਹੁਣ ਮੈਂ ਲੈ ਕੇ ਆਏਗਾ ਫਲੈਸ਼ਰ ਇਹ ਨਾ ਜਿਹੜੇ ਹਾਰਨਾਂ ਦੀ ਆਵਾਜ਼ ਬਦਲਣ ਲਈ ਲੱਗਦਾ ਹੁੰਦਾ ਗਾ ਡੱਬੀ ਇਹ ਉਹੀ ਹੈਗੀ ਉਹੀ ਆਪਣੇ ਲਾਈਟਾਂ ਲਈ ਵੀ ਲੱਗ ਜਾਂਦੀ ਆ ਅਤੇ ਇਹਦੇ ਮੈਂ ਤੁਹਾਨੂੰ ਕਨੈਕਸ਼ਨ ਦੱਸ ਦਾਂਗਾ ਆਹ ਤਾਂ ਦੋ ਹੋ ਗਏ ਨਾ ਆਪਣੇ ਕਰੰਟ ਵਾਲੇ ਆਹ ਦੋ ਕਰੰਟ ਵਾਲੀਆਂ ਹੋ ਗਈਆਂ ਅਤੇ ਜਿਹੜਾ ਆਪਾਂ ਹਾਰਨ ਦਾ ਅਰਥ ਦੇਣਾ ਗਾ ਉਹ ਆਪਾਂ ਇਹਦੇ ਅਰਥ ਨਾਲ ਹੀ ਦੇਵਾਂਗੇ ਅਤੇ ਜਿਹੜੇ ਆਪਾਂ ਬਾਕੀ ਦੋ ਹਾਰਨ ਲਾਉਣੇ ਹੁੰਦੇ ਹੈਗੇ ਉਹ ਇੱਥੇ ਤਾਂ ਇੱਥੇ ਲਾਵਾਂਗੇ ਅਤੇ ਉਹੀ ਆਪਾਂ ਕਰਾਂਗੇ ਇੱਕ ਨਾਲ ਵਾਈਟ ਅਤੇ ਇੱਕ ਨਾਲ ਆਪਾਂ ਬਲਿਊ ਲਾਈਟਿੰਗ ਕਰਾਂਗੇ ਅਤੇ ਬਾਕੀ ਆਹ ਆਪਣੀ ਜਾਊਗੀ ਕਰੰਟ 'ਚ ਅਰਥ ਆਪਣੀਆਂ ਲਾਈਟਾਂ ਨੂੰ ਪਹਿਲਾਂ ਘਰੇ ਇਹ ਹੋਇਆ ਗਾ ਅਤੇ ਚਲੋ ਇੱਥੇ ਵੀ ਜਿਹੜੀਆਂ ਆਪਣੀਆਂ ਰਹਿੰਦੀਆਂ ਨੇ ਬਲਿਊ ਲਾਉਣੀਆਂ ਇੱਧਰ ਬਲਿਊ ਲਾਉਣੀਆਂ ਰਹਿੰਦੀਆਂ ਨੇ ਅਤੇ ਮੂਹਰੇ ਵਾਈਟ ਲਾਉਣੀਆਂ ਰਹਿੰਦੀਆਂ ਨੇ ਉਹ ਵੀ ਕੰਪਲੀਟ ਕਰਦੇ ਹਾਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਹੁਣ ਮੈਂ ਲੱਗਿਆ ਸੀਗਾ ਕੰਮ ਸ਼ੁਰੂ ਕਰਨ ਮੈਂ ਮੂਹਰਲੀ ਜਾਲੀ ਖੋਲ੍ਹ ਲਈ ਕਿਉਂਕਿ ਜਿਹੜੀਆਂ ਮੂਹਰੇ ਨੀਲੀਆਂ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ ਉਹਨਾਂ ਦਾ ਕਨੈਕਸ਼ਨ ਆ ਤਾਰ ਸੀਗੀ ਇਹਦਾ ਮੈਂ ਵੱਢ ਲਈ ਦੇਖ ਲਓ ਤੁਸੀਂ ਅਤੇ ਬਾਕੀ ਇੱਦਾਂ ਹੀ ਆਪਾਂ ਵਾਈਟ ਜਿਹੜੀਆਂ 4 ਲਾਈਟਾਂ ਮੂਹਰੇ ਲਾਉਣੀਆਂ ਨੇਗੀਆਂ ਉਹ ਵੀ ਲਾਉਂਦੇ ਹਾਂ ਇਹਨਾਂ ਪਹਿਲਾਂ ਤਾਂ ਮੈਂ ਦੋ ਲਾਈਟਾਂ ਮਗਰਾਟਾਂ 'ਚ ਲਾਉਣ ਲੱਗਿਆ ਸੀਗਾ ਦੋ ਨੀਲੀਆਂ ਇੱਧਰ ਦੋ ਨੀਲੀਆਂ ਉੱਧਰ ਦੇਖੋ ਤੁਸੀਂ ਜਿੱਦਾਂ ਪਹਿਲਾਂ ਆਪਣੀਆਂ ਦੋ ਵਾਈਟ ਲੱਗੀਆਂ ਨੇ ਦੇਖੋ ਦੋ ਵਾਈਟ ਲੱਗੀਆਂ ਹੋਈਆਂ ਨੇ ਅਤੇ ਇੱਦਾਂ ਹੀ ਦੋ ਲਾਈਟ ਸੇਮ ਉੱਧਰ ਲੱਗੀਆਂ ਨੇ ਵਾਈਟ ਅਤੇ ਦੇਖੋ ਤੁਸੀਂ ਸਾਰੇ ਜਾਣੇ ਇਹਦੀ ਮੈਂ ਵਾਇਰਿੰਗ ਕੀਤੀ ਹੈ ਡੱਬੀ ਦੀ ਅਤੇ ਹੁਣ ਤਾਂ ਇਹ ਫਿਲਹਾਲ ਬੰਦ ਆ ਨਾ ਡੱਬੀ ਜਦੋਂ ਇਹਨੂੰ ਆਪਾਂ ਉਰੇ ਕਰਦੇ ਹਾਂ ਇੱਥੇ ਇੰਡੀਕੇਟਰ ਟਾਈਪ ਚੱਲਦੀ ਹੈ ਲਾਈਟ ਦੇਖੋ ਤੁਸੀਂ ਬਲਿਊ ਵਾਈਟ ਜਦੋਂ ਇਹਨੂੰ ਆਪਾਂ ਹੋਰ ਨੀਚੇ ਕਰਾਂਗੇ ਸੁੱਚ ਇੱਥੇ ਦੇਖੋ ਤੁਸੀਂ ਜ਼ਿਆਦਾ ਬਲਿੰਕ ਕਰਨ ਲੱਗ ਜਾਂਦੀ ਆ ਆਹ ਮੇਲਾ ਤਾਂ ਸਹੀ ਆ ਇਸ ਤੋਂ ਅੱਗੇ ਜਾ ਕੇ ਦੇਖੋ ਤੁਸੀਂ ਇਸ ਤੋਂ ਅੱਗੇ ਜਾ ਕੇ ਇਕੱਲੀ ਬਲਿਊ ਚੱਲਦੀ ਆ ਇੱਦਾਂ ਇਹਦੇ 'ਚ ਫੀਚਰ ਨੇਗੇ ਜਦੋਂ ਆਪਾਂ ਬੰਦ ਕਰਕੇ ਚਲਾਵਾਂਗੇ ਦੇਖੋ ਤੁਸੀਂ ਹੁਣ ਵਾਈਟ ਚੱਲਦੀ ਆ ਇੱਦਾਂ ਇਹ ਜਾਣੀ ਕਿ ਚੇਂਜ ਕਰਦੀ ਹੈਗੀ ਡੱਬੀ 'ਚ ਬਹੁਤ ਸਾਰੇ ਫੀਚਰ ਨੇਗੇ ਇੱਥੇ ਜਿੱਦਾਂ ਆਹ ਹੋ ਗਿਆ ਦੇਖੋ ਤੁਸੀਂ ਫਿਲਹਾਲ ਤਾਂ ਹਜੇ ਮੈਂ ਇਕੱਲੀ ਮਤਲਬ ਸਮਝ ਲਓ ਇੱਧਰ ਆਹ ਜਿਹੜੀਆਂ ਲਾਈਟਾਂ ਲਾਈਆਂ ਨੇ ਇਹਨਾਂ ਦੀ ਵਾਇਰਿੰਗ ਕਰਨੀ ਆ ਹਜੇ ਉਧਰਲੀਆਂ ਦੀ ਹਜੇ ਵਾਇਰਿੰਗ ਕਰਨੀ ਆ ਹਜੇ ਮੂਹਰੋਂ ਅੱਗਿਓਂ ਜਿਹੜੀ ਲਾਈਟ ਲਾਉਣੀ ਆ ਉਹਦੀ ਵਾਇਰਿੰਗ ਕਰਨੀ ਆ ਹਜੇ ਕੰਮ ਮੇਰਾ ਕਾਫੀ ਪਿਆ ਗਾ ਸਾਰਾ ਕਰਕੇ ਕੰਪਲੀਟ ਫਿਰ ਹੀ ਤੁਹਾਨੂੰ ਮਿਲਦਾ ਮੈਂ ਅਤੇ ਸਾਰੀਆਂ ਲਾਈਟਾਂ ਦਾ ਹੀ ਕਨੈਕਸ਼ਨ ਹੋ ਚੁੱਕਿਆ ਗਾ ਆਹ ਦੇਖ ਸਕਦੇ ਹੋ ਤੁਸੀਂ ਵੀ ਉਰੇ ਸਾਰੇ ਕਨੈਕਸ਼ਨ ਆਉਂਦੇ ਨੇ ਇਹ ਦੇਖੋ ਤੁਸੀਂ ਤਾਰਾਂ ਦਾ ਜਾਲ ਪਤਾ ਮੈਂ ਅਤੇ ਸਾਰੀਆਂ ਤਾਰਾਂ ਨੂੰ ਮੈਂ ਹੁਣ ਚੰਗੀ ਤਰ੍ਹਾਂ ਸਵੇਟ ਦਾਂਗਾ ਪਹਿਲਾਂ ਮੈਂ ਖੋਲ੍ਹ ਕੇ ਤੁਹਾਨੂੰ ਡੱਬੀ ਆਹ ਦੇਖੋ ਤੁਸੀਂ ਡੱਬੀ ਆਹ ਸੀਗੀ ਅਤੇ ਇੱਥੋਂ ਸਾਰੇ ਮੋਡ ਚੇਂਜ ਹੁੰਦੇ ਆ ਇਹਦੇ ਅੱਛਾ ਲਾਈ ਇੱਕ ਵਾਰ ਚਾਬੀ 'ਚ ਲਾਈ ਦੇਖੋ ਤੁਸੀਂ ਚਾਬੀ ਲਾ ਕੇ ਇੱਕ ਵਾਰ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਆਹ ਦੇਖੋ ਤੁਸੀਂ ਅਤੇ ਆਹ ਚੈੱਕ ਕਰੋ ਦੇਖੋ ਇਹ ਨਾ ਆਪਾਂ ਇੱਥੋਂ ਚੇਂਜ ਕਰ ਸਕਦੇ ਹਾਂ ਅਤੇ ਇੱਦਾਂ ਦੀ ਕੁਛ ਡੱਬੀ ਆ ਤੁਸੀਂ ਦੇਖ ਸਕਦੇ ਹੋ BOND ਬੌਂਡ ਕਰਕੇ ਇਹਦੇ 'ਤੇ ਲਿਖਿਆ ਹੋਇਆ ਇਹਦੇ ਵਾਇਰਿੰਗ ਸਾਰੀ ਪਿੱਛੇ ਦਿੱਤੀ ਹੋਈ ਆ ਤੁਸੀਂ ਇੱਥੋਂ ਦੇਖ ਕੇ ਵੀ ਕਰ ਸਕਦੇ ਹੋ ਅਤੇ ਵਾਇਰਿੰਗ ਇਹਦੀ ਬਾਹਲੀ ਔਖੀ ਨਹੀਂ ਹੈਗੀ ਸਿੰਪਲ ਹੀ ਆ ਅਤੇ ਆਹ ਦੋ ਜਿਵੇਂ ਕਰੰਟ ਵਾਲੀ ਆ ਰੈੱਡ ਕਰੰਟ ਵਾਲੀ ਆ ਅਤੇ ਜਿਹੜੀ ਬਲੈਕ ਹੈ ਇਹ ਅਰਥ ਵਾਲੀ ਆ ਅਤੇ ਜਿਹੜੀ ਲਾਈਟਾਂ ਦਾ ਅਰਥ ਆ ਉਹ ਤਾਂ ਤੁਸੀਂ ਜਿੱਥੇ ਮਰਜ਼ੀ ਦੇ ਸਕਦੇ ਹੋ ਲਾਈਟਾਂ ਦਾ ਅਰਥ ਅਤੇ ਜਿਹੜੀਆਂ ਬਲਿਊ ਲਾਈਟਾਂ ਨੇ ਉਹ ਮਤਲਬ ਇੱਕ ਯੈਲੋ ਨਾਲ ਕਨੈਕਟ ਕਰ ਦੇਣੀਆਂ ਨੇ ਜਿਹੜੀਆਂ ਵਾਈਟ ਲਾਈਟਾਂ ਨੇ ਉਹ ਦੂਜੀ ਯੈਲੋ ਨਾਲ ਕਨੈਕਟ ਕਰ ਦੇਣੀਆਂ ਦੋ ਜਿਹੜੇ ਯੈਲੋ ਦੇ ਪੁਆਇੰਟ ਨੇਗੇ ਇਹ ਲਾਈਟਾਂ ਲਈ ਨੇਗੇ ਅਤੇ ਵੈਸੇ ਤਾਂ ਇਹ ਉਹਦੇ ਲਈ ਹਾਰ ਨਾਲ ਹੀ ਆਉਂਦੀ ਆ ਆਪਾਂ ਲਾਈਟਾਂ ਲਈ ਵਰਤ ਰਹੇ ਹਾਂਗੇ ਅਤੇ ਬਾਕੀ ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰ ਦਿਉ ਅਤੇ ਕਮੈਂਟ ਕਰਕੇ ਵੀ ਦੱਸ ਦਿਓ ਅੱਛਾ ਚਲਾਈ ਇੱਕ ਵਾਰ ਮੈਂ ਦੂਰੋਂ ਦਿਖਾ ਦਾਂ ਚਲਾ ਦੇ ਕਿਰਾਂ ਇਹ ਆਹ ਦੇਖੋ ਜੀ ਤੁਸੀਂ ਸਿਰਾ ਚੀਜ਼ ਆ ਨਾ ਹਾਂ ਇੱਕ ਵਾਰੀ ਲਾਈਟ ਵੀ ਭਜਾ ਦੇ ਅੱਛਾ ਲਾਈਟ ਭਜਾ ਕੇ ਦੇਖਦੇ ਕਿੱਦਾਂ ਹੀ ਲੱਗਦੀ ਆ ਦੇਖੋ ਤੁਸੀਂ ਇੱਥੇ ਥੋੜ੍ਹੀ ਜ਼ਿਆਦਾ ਬਲਿੰਕ ਕਰਨ ਲੱਗ ਜਾਂਦੀ ਆ ਇਧਰਲੀ ਸਾਈਡ ਵੀ ਮੈਂ ਮਗਰਾਟਾਂ 'ਚ ਵੀ ਲਾਈਟਾਂ ਸੇਮ ਕਰਤੀਆਂ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਘੈਂਟ ਹੋ ਗਿਆ ਨਾ ਕੰਮ ਦੇਖੋ ਕਿਆ ਬਾਤ ਹੈ ਕਿੰਨੀ ਸੋਹਣੀ ਚੀਜ਼ ਬਣ ਕੇ ਆਈ ਹੈਗੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਮੈਂਟ ਕਰਕੇ ਦੱਸੋ ਛਾਦਰੀ 'ਚ ਕਿਹੜੀਆਂ ਲਾਈਟਾਂ ਲਾਈਏ ਨੀਲੀਆਂ ਲਾਈਏ ਜਾਂ ਚਿੱਟੀਆਂ ਲਾਈਏ ਅਤੇ ਚਲੋ ਜੀ ਫਿਲਹਾਲ ਮੈਂ ਸਾਰੀ ਵਾਇਰਿੰਗ ਇਹਦੀ ਇਕੱਠੀ ਕਰ ਦਾਂਗਾ ਇਕੱਠੀ ਕਰਕੇ ਅਤੇ ਫਿਰ ਮੈਂ ਸੋਚਿਆ ਵੀ ਡੱਬੀ ਉਰੀ ਫਿੱਟ ਕਰਦਾ ਪਿੱਛੇ ਹੀ ਕਿਉਂਕਿ ਮੈਨੂੰ ਪਤਾ ਮੈਂ ਜ਼ਿਆਦਾ ਟਾਈਮ ਰੱਖਣੀ ਤਾਂ ਹੈ ਨਹੀਂ ਡੱਬੀ ਮੈਨੂੰ
ਬਲਿੰਕ ਕਰਦੀਆਂ ਨਹੀਂ ਵਧੀਆ ਲੱਗਦੀਆਂ ਜਿੰਨੀਆਂ ਮਤਲਬ ਵੀ ਜਦੋਂ ਵਾਈਟ ਜਾਂ ਮਤਲਬ ਬਲੂ ਚਲਾਉਣੀ ਹੋਣ ਅਤੇ ਇਸ ਕਰਕੇ ਆਪਾਂ ਇਹਨੂੰ ਇੱਥੇ ਟੈਂਪਰੇਰੀ ਫਿੱਟ ਕਰ ਦਿੰਦੇ ਹਾਂ ਅਤੇ ਤੁਹਾਨੂੰ ਚਲਾ ਕੇ ਦਿਖਾ ਦਿੰਦੇ ਹਾਂ। ਚਲੋ ਜੀ ਲੈ ਤਾਰਾਂ ਤੂਰਾਂ 'ਤੇ ਮੈਂ ਟੇਪ ਟੂਪ ਕਰਦਾ ਅਤੇ ਫਿਰ ਤੁਹਾਨੂੰ ਮਿਲਦਾ। ਅਤੇ ਲਓ ਜੀ ਫਿਟਿੰਗ ਹੋ ਚੁੱਕੀ ਹੈਗੀ ਆ ਅਤੇ ਆ ਸਲੋ ਅਤੇ ਆ ਖੜ ਦਾ ਇੱਥੇ ਖੜ ਜਾਂਦਾ ਸਲੋ ਵਾਲਾ ਸੈੱਟ ਆ ਸਲੋ ਵਾਲਾ ਵੀ ਸੋਹਣਾ ਲੱਗਦਾ ਖੜ ਦਿਖਾਉਣਾ। ਆਹ ਦੇਖੋ ਇਹ ਸਲੋ ਆ ਇੱਦਾਂ ਵੀ ਸਹੀ ਆ ਅਤੇ ਚਲੋ ਸਾਰਾ ਸਮਾਨ ਇਕੱਠਾ ਕਰਦੇ ਹਾਂ ਅਤੇ ਲਾਉਣੇ ਆ ਫਿਰ ਟਰੈਕਟਰ ਅੰਦਰ। ਗਾਈਜ਼ ਜਿਹੜੀ ਆਪਣੀ ਡੱਬੀ ਹੈ ਨਾ ਮੈਂ ਤੁਹਾਨੂੰ ਪ੍ਰਾਈਜ਼ ਦੱਸਣਾ ਰਹਿ ਗਿਆ ਸੀਗਾ ਇਹਦਾ ਪ੍ਰਾਈਜ਼ ਹੈਗਾ 150 ਰੁਪਇਆ। 150 ਰੁਪਏ 'ਚ ਡੱਬੀ ਲੱਗੀ ਹੈਗੀ ਮੈਨੂੰ ਜਿਹੜੀ ਆਪਾਂ ਫਲੈਸ਼ਰ ਜਿਹਾ ਲਾਇਆ ਗਾ ਅਤੇ ਮੈਨੂੰ ਪਤਾ ਗਾ ਕਮੈਂਟਾਂ 'ਚ ਨਹੀਂ ਤੁਸੀਂ ਪੁੱਛਣਾ ਸੀਗਾ ਵੀ ਕਿੰਨੇ ਰੁਪਏ ਦੀ ਪਈ ਆ ਡੱਬੀ ਇਹ ਆਪਾਂ ਨੂੰ 150 ਰੁਪਏ 'ਚ ਪਈ ਆ। ਅਤੇ ਚਲੋ ਹੁਣ ਟਰੈਕਟਰ ਕਰਦੇ ਹਾਂ ਸਟਾਰਟ ਅਤੇ ਅੰਦਰ ਕਰਦੀ ਹੈ ਪਹਿਲਾਂ ਟਰੈਕਟਰ ਅੰਦਰ ਹੋਊ ਫਿਰ ਗੱਡੀ। ਅਤੇ ਲਓ ਵੀ ਗਾਈਜ਼ ਹੁਣ ਤੁਸੀਂ ਦੋਨੇ ਟਰੈਕਟਰਾਂ ਦੀਆਂ ਲਾਈਟਾਂ ਇਕੱਠੀਆਂ ਦੇਖ ਸਕਦੇ ਹੋ ਗ੍ਰੀਨ ਯੈਲੋ ਅਤੇ ਇੱਧਰ ਵਾਈਟ ਬਲਿਊ। ਇਹਦੀ ਘੱਟ ਚਮਕਦੀ ਆ ਉਹਦੀ ਵੱਧ ਚਮਕਦੀ ਆ ਪਤਾ ਨਹੀਂ ਕੀ ਗੱਲ ਆ। ਰੋਕ ਲਾ ਗਾਈਜ਼ ਹੁਣ ਆਪਾਂ ਕੀ ਸੋਚਿਆ ਗਾ ਫੋਰ ਤਾਂ ਅੰਦਰ ਲੱਗ ਗਿਆ ਗਾ ਅਤੇ ਜੌਂਡੀਅਰ ਬਾਹਰ ਕੱਢਣਾ ਕਿਉਂਕਿ ਜੌਂਡੀਅਰ ਇੱਧਰ ਪੂਰਾ ਹੀ ਲੱਗ ਰਿਹਾ ਅਤੇ ਇੱਧਰ ਲਾਵਾਂਗੇ ਆਪਾਂ ਗੱਡੀ ਜੌਂਡੀਅਰ ਆਪਾਂ ਇੱਧਰ ਲਾਵਾਂਗੇ ਜੌਂਡੀਅਰ ਬਾਹਰ ਕੱਢਦੇ ਹਾਂ ਅਤੇ ਇੱਧਰ ਲਾਉਂਦੇ ਹਾਂ। ਗਾਈਜ ਆਪਾਂ ਟਰੈਕਟਰ ਤਾਂ ਲਾਤਾ ਦੇਖ ਲਓ ਅੰਦਰ ਹੁਣ ਗੱਡੀ ਵੀ ਅੰਦਰ ਲਾ ਦਈਏ। ਮੁੰਡਿਓ ਸਾਰੀਆਂ ਚੀਜ਼ਾਂ ਆਪਾਂ ਅੰਦਰ ਲਾਤੀਆਂ ਅਤੇ ਜਾਂ ਛੱਡਦੇ ਕਰਾਂ ਸ਼ਟਰ ਫਿਰ ਛੱਡਦੇ ਸ਼ਟਰ ਅਤੇ ਲੋਕ ਲਾ ਦਈਏ। ਚਲੋ ਫਿਰ ਚੱਲਦੇ ਹਾਂ ਅੰਦਰ। ਅਤੇ ਤੁਸੀਂ ਆਪਣਾ ਸਕੂਟਰ ਦੇਖ ਹੀ ਸਕਦੇ ਹੋ ਬਾਹਰ ਹੀ ਖੜਾ ਤਾ ਅਤੇ ਖੜਾ ਤਾਂ ਇਹ ਵੈਸੇ 7 ਦੇ ਨੀਚੇ ਹੀ ਹੈਗਾ। ਅਤੇ ਚਲੋ ਗਾਈਸ ਅੱਜ ਦਾ ਵਲੌਗ ਆਪਾਂ ਹੋਰ ਹੀ ਖਤਮ ਕਰਦੇ ਹਾਂ। ਉਮੀਦ ਆ ਤੁਹਾਨੂੰ ਵਲੌਗ ਆਪਣਾ ਪਸੰਦ ਆਇਆ ਅਤੇ ਫੋਰਡ ਦੀ ਆਪਾਂ ਜਿਹੜੀ ਵਾਇਰਿੰਗ ਕੀਤੀ ਹੈ ਸਾਰੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤੀ ਬਿਕੋਜ਼ ਜ਼ਿਆਦਾ ਵੱਡੀ ਉਹ ਗੱਲ ਨਹੀਂ ਹੈਗੀ ਸੀਗੀ ਸਿੰਪਲ ਹੀ ਸੀਗੀ। ਫਿਰ ਅਗਲੇ ਵਲੌਗ ਦੇ ਵਿੱਚ ਮਿਲਦੇ ਹਾਂ। ਓਕੇ ਬਾਏ ਇੱਦਾਂ ਹੀ ਸਪੋਰਟ ਕਰਦੇ ਰਹੋ। ਬਾਏ।